ਜਿੰਨੇ ਪਰਸੈਂਟ ਅਸੀਂ ਬਿਲੀਵ ਕਰਦੇ ਹਾਂ ਗੁਰੂ ਜੀ, ਓਨੇ ਪਰਸੈਂਟ ਸਾਨੂੰ ਉਸ ਚੀਜ਼ ਦਾ ਰਿਜ਼ਲਟ ਦਿੰਦੇ ਨੇ। ਸੋ ਇੱਦਾਂ ਮੇਰੀ ਜਰਨੀ ਸਟਾਰਟ ਹੋਈ। ਇਹ ਲਾਈਕ ਸੀਗਾ ਵੈਰੀ ਫਸਟ ਸਤਸੰਗ ਜਿਹੜਾ ਉਸ ਟਾਈਮ ਦੇ ਲਾਈਕ ਡਿਊਰੇਸ਼ਨ ਦੇ ਵਿੱਚ ਹੋਇਆ। ਸੈਕਿੰਡਲੀ ਫਿਰ ਗੁਰੂ ਜੀ ਲਾਈਕ ਉਸ ਉਹਨਾਂ ਦਿਨਾਂ 'ਚ ਕਿਤੋਂ ਮਤਲਬ ਇਹ ਕਿਹਾ ਗਿਆ ਮੈਨੂੰ, ਆਈ ਡੋਂਟ ਨੋ ਲਾਈਕ ਕੀ ਸੀ ਕੀ ਨਹੀਂ, ਕਿ ਗੁਰੂ ਜੀ ਉਹਨਾਂ ਦਿਨਾਂ 'ਚ ਕਿਤੇ ਤਪੱਸਿਆ ਕਰਕੇ ਆਏ ਸੀ ਐਂਡ ਗੁਰੂ ਜੀ ਦੀ ਬੋਡੀ ਵਿੱਚ ਕਲੋਟਿੰਗ ਸੀ ਬਹੁਤ ਜ਼ਿਆਦਾ। ਪੈਰ ਜਿਵੇਂ ਆਪਾਂ ਉਲਟੇ ਲਟਕ ਕੇ ਕੋਈ ਤਪੱਸਿਆ ਕਰਦੇ ਹਾਂ ਦੈਨ ਸਾਡੇ ਹੈੱਡ ਦੇ ਵਿੱਚ ਵੀ ਹੁੰਦੀ ਹੈ ਆਹ ਚੀਜ਼ ਦੇ ਉੱਤੇ, ਟੋਜ਼ 'ਤੇ ਨੀਲੀਆਂ ਸੀ ਬਿਲਕੁਲ, ਹੈਂਡਸ ਕਾਫੀ ਕਲੋਟਿੰਗ ਸੀ। ਅਤੇ ਗੁਰੂ ਜੀ ਬਾਰ ਬਾਰ ਕਹਿੰਦੇ ਸੀ ਕਿ ਮੇਰੀ ਮਸਾਜ ਕਰੋ, ਕਿਉਂਕਿ ਜਿਹੜੀ ਉਹ ਕਲੋਟਿੰਗ ਸੀ ਉਹ ਇਹ ਨਹੀਂ ਪਤਾ ਹੁਣ ਉਹ ਕਲਿਆਣ ਕਰਕੇ ਆਏ ਸੀ ਕਿ ਤਪੱਸਿਆ ਕਰਕੇ ਆਏ ਸੀ, ਇਹ ਕਿਸੇ ਨੂੰ ਨਹੀਂ ਪਤਾ, ਤਾਂ ਉਹੀ ਜਾਣਦੇ ਕਹਿੰਦੇ ਰੱਬ, ਉਹ ਆਪਣਾ ਖੁਦ ਹੀ ਜਾਣਦਾ ਸਾਰਾ ਕੁਛ। ਇੱਕ ਦਿਨ ਗੁਰੂ ਜੀ ਕਹਿੰਦੇ ਮੇਰੇ ਨਾ ਮੇਰੇ ਮਾਮੀ ਨੂੰ ਕਹਿੰਦੇ ਕਿ ਮੇਰੇ ਨਾ ਪੈਰਾਂ ਵਿੱਚ ਬਹੁਤ ਜ਼ਿਆਦਾ ਨਾ ਲਾਈਕ ਅੱਗ ਨਿਕਲਦੀ ਆ ਮੇਰੇ, ਲਾਈਕ ਬਹੁਤ ਠੇਠ ਪੰਜਾਬੀ ਬੋਲਦੇ ਸੀ ਗੁਰੂ ਜੀ, ਕਹਿੰਦੇ ਮੇਰੇ ਆਂਟੀ ਪੈਰਾਂ 'ਚ ਬੜੀ ਅੱਗ ਨਿਕਲਦੀ ਹੈ, ਮੈਨੂੰ ਦੱਸ ਮੈਂ ਕੀ ਕਰਾਂ। ਮਾਮੀ ਮੇਰੇ ਕਹਿੰਦੇ ਕਿ ਗੁਰੂ ਜੀ ਤੁਸੀਂ ਜਿਹੜੀ ਚੁੱਲ੍ਹੇ ਦੀ ਰਾਖ ਹੁੰਦੀ ਹੈ ਨਾ ਗੁਰੂ ਜੀ, ਉਹ ਪਾਣੀ 'ਚ ਪਾ ਕੇ ਉਹ 'ਚ ਪੈਰ ਡਿੱਪ ਕਰਕੇ ਰੱਖੋ, ਤੁਸੀਂ ਬਿਲਕੁਲ ਠੀਕ ਹੋ ਜਾਓਗੇ। ਕਹਿੰਦੇ ਅੱਛਾ ਆਂਟੀ, ਮਤਲਬ ਇੱਦਾਂ ਬੋਲਦੇ ਸੀ ਨੋਰਮਲੀ। ਕਹਿੰਦੇ ਚਲੋ ਠੀਕ ਹੈ ਲੈ ਆ ਫਿਰ। ਜਦੋਂ ਉਹ ਲੈ ਗਏ ਲਾਈਕ ਵੱਡਾ ਟੱਬ ਸੀ, ਮੈਨੂੰ ਯਾਦ ਆ ਗ੍ਰੀਨ ਕਲਰ ਦਾ, ਲਾਈਟ ਗ੍ਰੀਨ ਕਲਰ ਦਾ ਟੱਬ ਸੀਗਾ, ਉਹਦੇ ਵਿੱਚ ਮਾਮੀ ਲਾਈਕ ਰਾਖ ਪਾ ਕੇ ਲੈ ਗਏ। ਉੱਥੇ ਜਾ ਕੇ ਉਹਨਾਂ ਨੇ ਪਾਣੀ ਪਾਇਆ ਹਾਫ ਫਿਲ ਕਰਕੇ, ਗੁਰੂ ਜੀ ਨੇ ਘੰਟਾ ਡੇਢ ਘੰਟਾ ਆਪਣੇ ਚਰਨ ਉਹਦੇ ਚ ਰੱਖੀ। ਉਸ ਤੋਂ ਬਾਅਦ ਮਾਮੀ ਕਹਿੰਦੇ ਵੀ ਗੁਰੂ ਜੀ ਕਹਿੰਦੇ ਜਦੋਂ ਲਾਈਕ ਪੈਰ ਨਿਕਲ ਲਏ, ਕਹਿੰਦੇ ਤੂੰ ਤਾਂ ਸੱਚੀ ਵੈਦ ਦੀ ਕੁੜੀ ਆ, ਤੂੰ ਮੈਨੂੰ ਠੀਕ ਕਰਤਾ। ਲਾਈਕ ਜਿਵੇਂ ਸ਼ਿਵ ਸ਼ੰਕਰ ਕਰਦੇ ਆ ਕਿ ਭੋਲੇ ਭੰਡਾਰੀ ਉਵੇਂ ਗੱਲਾਂ, ਉਹ ਗੱਲਾਂ ਸੀਗੀਆਂ ਗੁਰੂ ਜੀ ਦੀਆਂ। ਲਾਈਕ ਸਮਟਾਈਮਸ ਬੋਲਦੇ ਘੱਟ ਸੀ, ਬਟ ਸਮਟਾਈਮਸ ਇੱਦਾਂ ਦੀਆਂ ਗੱਲਾਂ ਕਰਦੇ ਸੀ। ਦੈਨ ਅਤੇ ਮਾਮੀ ਉਹ ਪੂਰਾ ਟੱਬ ਲੈ ਆਏ ਘਰ, ਚੱਕ ਕੇ ਲੈ ਕੇ ਆਏ। ਜਦੋਂ ਉਹਨਾਂ ਨੂੰ ਮਤਲਬ ਉਹਨਾਂ ਦੀ ਸੇਵਾ ਲੱਗੀ ਹੋਈ ਸੀ ਉੱਥੇ, ਤਾਂ ਉਹਨਾਂ ਨੇ ਡੋਰ ਦੇ ਉੱਤੇ ਹੀ ਰੱਖਤਾ, ਮੈਂ ਮੂਹਰੇ ਖੜੀ ਹਾਂ ਡੋਰ ਦੇ, ਜਿਹੜਾ ਸਾਡੇ ਘਰ ਦਾ ਮੇਨ ਗੇਟ ਸੀ ਉਹਦੇ ਮੂਹਰੇ ਖੜੀ ਸੀ ਮੈਂ। ਐਂਡ ਉਹਨਾਂ ਨੇ ਉੱਥੇ ਰੱਖ ਕੇ ਮੈਨੂੰ ਕਹਿੰਦੇ ਨਾਲੀ 'ਚ ਨਾ ਸੁੱਟੀ ਇਹਨੂੰ ਪਾਣੀ ਨੂੰ, ਪਲਾਂਟਸ ਨੂੰ ਦੇਣਾ ਹੈ ਅਤੇ ਆਪਣੇ ਵੇਸਟ ਨਹੀਂ ਕਰਨਾ ਇਹਨੂੰ ਪਾਣੀ ਨੂੰ, ਅਤੇ ਮੈਂ ਜਾਂਦੀ ਹਾਂ ਮੇਰੀ ਸੇਵਾ ਹੈ, ਇਹਨੂੰ ਇੱਥੇ ਹੀ ਰੱਖੀ ਠੀਕ ਆ। ਉਹਨੇ ਉਹ ਚਲੇ ਗਏ ਐਂਡ ਮੈਂ ਬੋਟਲਸ ਲੱਭੀਆਂ, ਖਾਲੀ ਬੋਟਲਸ ਘਰੇ ਜਿਵੇਂ ਪਲਾਸਟਿਕ ਦੀਆਂ ਬੋਟਲਸ ਹੁੰਦੀਆਂ, ਪੰਜ ਬੋਟਲਸ ਮੈਨੂੰ ਲੱਭੀਆਂ। ਮੈਂ ਪੰਜ ਬੋਟਲਸ ਦੇ ਵਿੱਚ ਉਹ ਪੂਰਾ ਪਾਣੀ ਛਾਣਿਆ ਐਂਡ ਛਾਣ ਕੇ ਉਹਨੇ ਮੈਂ ਪੂਰੇ ਪ੍ਰੋਪਰ ਲਿਡ ਲਾ ਕੇ ਵੀ ਇਹ ਲਾਈਕ ਇਹ ਤੋਂ ਕੀਮਤੀ ਚੀਜ਼ ਕੋਈ ਹੋ ਹੀ ਨਹੀਂ ਸਕਦੀ, ਉਹਨੂੰ ਮੈਂ ਸਾਈਡ 'ਤੇ ਰੱਖਿਆ ਐਂਡ ਜਿਹੜੀ ਰਾਖ ਸੀਗੀ ਉਹਨੂੰ ਮੈਂ ਨਿਊਜ਼ ਪੇਪਰ, ਫਿਰ ਨਿਊਜ਼ ਪੇਪਰ ਲੱਭਿਆ ਆਪਣੇ ਘਰ ਦੇ ਵਿੱਚ, ਕਿੱਥੇ ਨਿਊਜ਼ ਪੇਪਰ ਆ, ਨਿਊਜ਼ ਪੇਪਰ ਦੇ ਉੱਪਰ ਉਹ ਸਾਰੀ ਲਾਈਕ ਉਹ ਕਰਕੇ ਫੈਲਾ ਕੇ ਰਾਖ ਅਤੇ ਉਹਨੂੰ ਹਾਂਜੀ ਉਹਨੂੰ ਲਾਈਕ ਛੱਤ 'ਤੇ ਨਹੀਂ ਲੈ ਕੇ ਗਈ ਕਿ ਉੱਡ ਨਾ ਜਾਵੇ, ਇਹ ਉਹਨੂੰ ਕੋਰਨਰ 'ਤੇ ਰੱਖਿਆ। ਪਤਾ ਨਹੀਂ ਆਈ ਡੋਂਟ ਨੋ ਉਹੀ ਬ੍ਰੇਨ 'ਚ ਪਾਉਂਦੇ ਕਿਹੜੀ ਚੀਜ਼ ਕਿੱਦਾਂ ਹੈ ਕਿਹੜੀ ਕਿੱਦਾਂ ਹੋ ਸਕਦੀ ਹੈ, ਕਿਉਂਕਿ ਬੱਚਿਆਂ ਨੂੰ ਮੈਨੂੰ ਲੱਗਦਾ ਨਹੀਂ ਛੋਟੇ ਬੱਚੇ ਨੂੰ ਇੰਨੀ ਨੌਲੇਜ ਹੁੰਦੀ ਆ। ਸੋ ਉਹ ਲਾਈਕ ਉਹਨੂੰ ਉੱਦਾਂ ਰੱਖਿਆ। ਦੈਨ ਮੇਰੇ ਮਾਮੀ ਮੈਨੂੰ ਸ਼ਾਮ ਨੂੰ ਆ ਕੇ ਜੇ ਪੁੱਛਿਆ, ਕਹਿੰਦੇ ਪਾਣੀ ਤੂੰ ਕਿਸੇ ਨੂੰ ਕਰਤਾ, ਮੈਂ ਕਿਹਾ ਮੈਂ ਭਰ ਲਿਆ, ਮੈਂ ਕਿਹਾ ਪਾਣੀ ਉਹ ਕਿਤੇ ਨਹੀਂ ਦੇਣਾ, ਮੈਂ ਕਿਹਾ ਮੈਂ ਪੀਣਾ ਉਹ ਪਾਣੀ। ਅਤੇ ਉਹ ਹੱਸ ਕੇ ਚਲੇ ਗਏ, ਕਿਉਂਕਿ ਲਾਈਕ ਮੋਰਨਿੰਗ 'ਚ ਸਾਡੇ ਜਾਣ ਦਾ ਟਾਈਮ ਹੁੰਦਾ ਸੀ ਕਿ ਅਸੀਂ 9-10 ਵਜੇ ਜਾਣਾ, ਬਟ ਸਾਡੇ ਆਉਣ ਦਾ ਕੋਈ ਟਾਈਮ ਨਹੀਂ ਸੀ ਹੁੰਦਾ, 12-1 ਵੱਜ ਜਾਂਦੇ ਸੀ ਸਾਨੂੰ।
ਗੁਰੂ ਜੀ ਜਿਸ ਟਾਈਮ ਸਾਨੂੰ ਆਗਿਆ ਦਿੰਦੇ ਸੀ ਅਸੀਂ ਉਸ ਟਾਈਮ ਵਾਪਸ ਆਉਂਦੇ ਸੀ, ਲਾਈਕ ਸਾਡਾ ਸਾਹਮਣੇ ਘਰ ਸੀ ਆਉਂਦੇ ਜਾਂਦੇ ਏਦਾਂ ਘੁੰਮਦੇ ਰਹਿੰਦੇ ਸੀ, ਅਸੀਂ ਆਗੇ ਚਲੇ ਗਏ ਆਗੇ ਚਲੇ ਗਏ ਏਦਾਂ ਰਹਿੰਦਾ ਸੀ। ਸੋ ਫਿਰ ਮੈਂ ਪੂਰਾ ਲਾਈਕ ਦਬਾ ਕੇ ਉਹ ਪਾਣੀ ਪੀਤਾ ਜੀ, ਅਤੇ ਜਿਹੜੀ ਰਾਤ ਸੀਗੀ ਉਹਦੇ ਨਾਲ ਮੈਂ ਐਜ਼ ਅ ਸੋਪ ਆਪਣੀ ਬੋਡੀ ਨੂੰ ਵਾਸ਼ ਕੀਤਾ। ਅਤੇ ਮਾਮੀ ਇੱਕ ਦਿਨ ਜਾ ਕੇ ਕਹਿੰਦੇ ਗੁਰੂ ਜੀ ਵੀ ਉਹ ਜਿਹੜਾ ਜਲ ਸੀ ਨਾ ਜੀ ਤੁਸੀਂ ਆਪਣੀ ਚੰਨ ਰੱਖੀ ਸੀਗੀ ਕਿ ਮੰਮੀ ਨੇ ਸਾਰਾ ਪੀ ਲਿਆ, ਗੁਰੂ ਜੀ ਕਹਿੰਦੇ ਹੱਸੇ ਅਤੇ ਫਿਰ ਕਹਿੰਦੇ ਕਲਿਆਣ ਕਰਾ ਗਈ। ਉਸ ਦਿਨ ਤੋਂ ਮੈਨੂੰ ਲੱਗਦਾ ਹੈ ਕਿ ਜਿਹੜੀ ਟ੍ਰੀਟਮੈਂਟ ਮੇਰੀ ਬੋਡੀ ਨੂੰ ਚਾਹੀਦੀ ਸੀ ਉਸ ਦਿਨ ਤੋਂ ਸਟਾਰਟ ਹੋਈ, ਕਿ ਉਹਨਾਂ ਨੂੰ ਪਹਿਲਾਂ ਪਤਾ ਸੀ ਕਿ ਮੈਨੂੰ ਕੀ ਪ੍ਰੋਬਲਮ ਆਉਣ ਵਾਲੀ ਹੈ। ਸੋ ਇਨ ਬਿਟਵੀਨ ਉਹ ਤੋਂ ਬਾਅਦ ਲਾਈਕ ਗੁਰੂ ਜੀ ਦਾ ਮੈਨੂੰ ਯਾਦ ਹੈ 3 ਤਰੀਕ ਸੀਗੀ ਜਿਸ ਦਿਨ ਕਿਸੇ ਦੇ ਘਰ ਸਤਸੰਗ ਸੀ, ਦੋਨੋਂ ਅਸੀਂ ਗੁਰੂ ਜੀ ਦੀ ਸੇਵਾ ਵਿੱਚ ਸੀਗੇ। ਗੁਰੂ ਜੀ ਦੇ ਹੈਂਡ ਮੈਨੂੰ ਮੈਂ ਤਾਂ ਹੈਂਡ ਹੀ ਦਬਾ ਰਹੀ ਸੀ, ਮੈਂ ਚੰਨ ਨਹੀਂ ਦਬਾਏ ਬਟ ਹੈਂਡ ਹੀ ਦਬਾ ਰਹੀ ਸੀਗੀ, ਮਸਾਜ ਕਰ ਰਹੇ ਸੀ ਇੱਥੇ। ਅਤੇ ਗੁਰੂ ਜੀ ਮੈਨੂੰ ਕਹਿੰਦੇ ਕੱਲ੍ਹ ਆਈ, ਮੈਨੂੰ ਦੀਦੀ ਕਹਿੰਦੇ ਸੀ, ਗੁਰੂ ਜੀ ਨੇ ਮੈਨੂੰ ਕਦੇ ਆਂਟੀ ਨਹੀਂ ਕਿਹਾ, ਮੈਂ ਕਹਿੰਦੇ ਸੀ ਦੀਦੀ ਕੱਲ੍ਹ ਆਈ, ਕੱਲ੍ਹ ਆਪਣੇ ਸਤਸੰਗ ਆ ਵੱਡਾ ਦੇਖੀ ਸੰਗਤ ਆਪਣੀ। ਠੀਕ ਹੈ ਜੀ, ਨੈਕਸਟ ਡੇ ਗੁਰੂ ਜੀ ਲਾਈਕ ਉੱਥੇ ਕੋਈ ਸੰਗਤ ਆ ਜਿਨ੍ਹਾਂ ਦੇ ਕੂਲਰਾਂ ਦੇ ਪਾਰਟਸ ਬਣਦੇ ਸੀ, ਵੱਡੀਆਂ ਫੈਕਟਰੀ ਸੀਗੀਆਂ ਉਹਨਾਂ ਦੇ, ਉਹਨਾਂ ਦੇ ਘਰ ਲਾਈਕ ਸਤਸੰਗ ਰੱਖਿਆ ਹੋਇਆ ਸੀ ਉਹਨਾਂ ਨੇ, ਉਹਨਾਂ ਦੇ ਘਰ ਅਸੀਂ ਗਏ ਦੇਖਿਆ, ਉੱਥੇ ਜਾ ਕੇ ਡੋਲੀ ਗੁਲੇਰੀਆ ਗਾ ਰਹੀ ਸੀ, ਬਹੁਤ ਵੱਡਾ ਪੰਡਾਲ ਲੱਗਿਆ ਹੋਇਆ ਸੀ ਗੁਰੂ ਜੀ ਦੀ, ਲਾਈਕ ਮੈਂ ਉਹ ਚੀਜ਼ ਹੀ ਨਹੀਂ ਸੀ ਦੇਖੀ ਜਿਹੜੀ ਮੈਂ ਉੱਥੇ ਜਾ ਕੇ ਦੇਖਿਆ ਕਿ ਗੁਰੂ ਜੀ ਕੀ ਨੇ ਗੁਰੂ ਜੀ। ਦੇਖੋ ਉੱਥੇ ਬਿਲਕੁਲ ਹੀ ਓਪੋਜ਼ਿਟ ਹੋ ਗਿਆ ਘਰੇ ਨੋਰਮਲ ਜਿਹੜੇ ਲਾਈਕ ਗੁਰੂ ਨੂੰ ਅਸੀਂ ਦੇਖਿਆ, ਉੱਥੇ ਜਾ ਕੇ ਪਤਾ ਚੱਲਿਆ ਕਿ ਇੰਨੀ ਸੰਗਤ ਔਰ VVIP ਲੋਕ ਜਿਹੜੇ ਉੱਥੇ ਸੀਗੇ। ਆਪਣੇ ਆਪ ਨੂੰ ਮੈਨੂੰ ਇੱਦਾਂ ਫੀਲ ਹੋ ਰਿਹਾ ਸੀ ਕਿ ਇਸ ਤਾਂ ਕੁਛ ਵੀ ਨਹੀਂ ਕਿ ਗੁਰੂ ਜੀ ਕਿੰਨਾ ਪਿਆਰ ਕਰਦੇ ਨੇ ਗੁਰੂ ਜੀ ਸਾਰਿਆਂ ਨੂੰ, ਬਹੁਤ ਬਹੁਤ ਸਮਝਾ। ਉਹ ਤੋਂ ਬਾਅਦ ਉਸ ਦਿਨ ਗੁਰੂ ਜੀ ਲੱਦਾ ਲਾਈਕ ਮੇਕੁਰ ਦੇ ਚਲਾਸ ਤੇ ਸੀਗਾ, ਉੱਥੋਂ ਹੀ ਗੁਰੂ ਜੀ ਆਪਣੇ ਮੰਦਰ ਚਲੇ ਗਏ ਵਾਪਸ। ਦੈਨ 1998 ਦੀ ਗੱਲ ਆ, ਮੈਨੂੰ ਐਕਚੁਲੀ ਮੈਨੂੰ 2 ਸਾਲ ਪਹਿਲਾਂ ਤੋਂ ਨਾ ਬੜਾ ਫੀਵਰ ਰਹਿੰਦਾ ਸੀ, ਜਿਵੇਂ 2 ਸਾਲ ਮੈਨੂੰ ਕੰਟੀਨਿਊ ਟਾਈਫਾਇਡ ਹੋਇਆ, 3rd year ਸੀਗਾ ਜਦੋਂ ਟਾਈਫਾਇਡ ਆ, ਲਾਈਕ ਮੈਂ ਬੜੀ ਪਰੇਸ਼ਾਨ ਰਹਿੰਦੀ ਸੀ ਕਿਉਂਕਿ ਮੈਂ ਉੱਠਦੀ ਨਹੀਂ ਸੀ, ਮੈਨੂੰ ਲਾਈਕ ਇੱਕ ਪੁਆਇੰਟ 'ਤੇ ਰਹਿੰਦਾ ਹੀ ਸੀ, ਜਿਵੇਂ 99 or 98 point something ਅੰਦਰ ਬੋਡੀ ਦੇ ਵਿੱਚ ਮੇਰੇ ਫੀਵਰ ਸੀਗਾ। ਬਹੁਤ ਜ਼ਿਆਦਾ ਟ੍ਰੀਟਮੈਂਟ ਕਰਵਾ ਰਹੇ ਸੀ ਮੇਰੇ ਪੇਰੈਂਟਸ ਬਟ ਕੋਈ